ਹਾਂਜੀ ਦੋਸਤੋ ਮੈਂ ਜੱਸਾ ਮਾੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆ ਆਪਦੇ ਆਪਣੀ ਚੈਨਲ ਕਬੱਡੀ 105 ਉੱਤੇ ਅਤੇ ਜੇਕਰ ਤੁਸੀਂ ਆਪਣੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਕੇ ਰੱਖੋ ਅਤੇ ਆਪਣੇ ਫੇਸਬੁੱਕ ਪੇਜ ਕਬੱਡੀ 105 ਨੂੰ ਵੀ ਲਾਈਕ ਕਰ ਲਓ ਅਤੇ ਇੰਸਟਾਗ੍ਰਾਮ ਤੇ ਆਪਾਂ ਨੂੰ ਜ਼ਰੂਰ ਫੋਲੋ ਕਰੋ ਜੀ ਦੋਸਤੋ ਕਰੋ ਨੋਟ ਅੱਜ 29 ਜੂਨ 2021 ਨੂੰ ਕਿੱਥੇ ਕਿੱਥੇ ਕਬੱਡੀ ਦੇ 100 ਮੈਚ ਹੋਣਗੇ ਤਾਂ ਕਰ ਲਓ ਨੋਟ ਅੱਜ ਦੇ ਕਬੱਡੀ ਦੇ 100 ਮੈਚ ਵੀਡੀਓ ਦੇ ਐਂਡ ਤੇ ਆਪਾਂ ਆਪ ਨੂੰ ਲਾਈਵ ਦੀ ਜਾਣਕਾਰੀ ਦੇਵਾਂਗੇ ਇਸ ਲਈ ਵੀਡੀਓ ਨੂੰ ਤੁਸੀਂ ਪੂਰੀ ਐਂਡ ਤੱਕ ਦੇਖਦੇ ਰਹੋ ਦੋਸਤੋ ਅੱਜ ਦਾ ਪਹਿਲਾ ਕਬੱਡੀ ਦਾ ਸੋ ਮੈਚ ਹੋਵੇਗਾ ਪਿੰਡ ਚੂਸਲੇਵਾੜ ਅਤੇ ਇੱਥੇ ਅੱਜ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਤੋਤਾ ਸਿੰਘ ਵਾਲਾ ਅਤੇ ਸੇਰੇ ਪੰਜਾਬ ਕਬੱਡੀ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਾਲੇ ਕਬੱਡੀ ਦਾ ਸੋ ਮੈਚ ਹੋਵੇਗਾ ਅੱਜ ਦਾ ਦੂਜਾ ਕਬੱਡੀ ਦਾ ਸੋ ਮੈਚ ਹੋਵੇਗਾ ਪਿੰਡ ਸਰਾਂ ਤਲਵੰਡੀ ਤਰਨਤਾਰਨ ਸਾਹਿਬ ਅਤੇ ਇੱਥੇ ਕਪੂਰਥਰਾ ਕਬੱਡੀ ਕਲੱਬ ਅਤੇ ਭਗਵਾਨਪੁਰ ਕਬੱਡੀ ਕਲੱਬ ਦੀਆਂ ਟੀਮਾਂ ਆਪਸ ਵਿੱਚ ਖੇਡਣਗੀਆਂ ਅਤੇ ਇੱਥੇ ਚਾਰ ਕਲੱਬਾਂ ਦੇ ਮੈਚ ਵੀ ਹੋਣਗੇ ਜਿਸ ਵਿੱਚ ਵਾਹਿਗੁਰੂ ਕਬੱਡੀ ਕਲੱਬ ਖੰਡੂਰ ਸਾਹਿਬ ਕਬੱਡੀ ਕਲੱਬ ਜੱਲੂਪੁਰ ਖੇੜਾ ਕਬੱਡੀ ਕਲੱਬ ਤੇ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਅਤੇ ਨਾਲ ਹੀ ਇੱਥੇ ਪੰਜਾਬ ਅਤੇ ਹਰਿਆਣਾ ਦੀਆਂ ਲੜਕੀਆਂ ਦੀਆਂ ਟੀਮਾਂ ਦਾ 100 ਮੈਚ ਵੀ ਕਰਵਾਇਆ ਜਾਵੇਗਾ ਅੱਜ ਦਾ ਤੀਜਾ ਕਬੱਡੀ ਦਾ ਸੋ ਮੈਚ ਹੋਵੇਗਾ ਪਿੰਡ ਜੋਲ ਰਾਜੂ ਸਿੰਘ ਜ਼ਿਲ੍ਹਾ ਤਰਨਤਾਰਨ ਸਾਹਿਬ ਅਤੇ ਇੱਥੇ ਮਾਝਾ ਖਾਲਸਾ ਕਬੱਡੀ ਕਲੱਬ ਕریہਲਾ ਅਤੇ ਮਾਤਾ ਨਸੀਬ ਕੌਰ ਕਬੱਡੀ ਕਲੱਬ ਫਰਵਾਈ ਬੈਂਕਾਂ ਦੀਆਂ ਟੀਮਾਂ ਦਾ ਆਪਸ ਵਿੱਚ ਮੈਚ ਹੋਵੇਗਾ ਅੱਜ ਦਾ ਚੌਥਾ ਕਬੱਡੀ ਦਾ ਸੋ ਮੈਚ ਹੋਵੇਗਾ ਪਿੰਡ ਦਿয়ালਪੁਰਾ ਤਰਨਤਾਰਨ ਸਾਹਿਬ ਅਤੇ ਇੱਥੇ ਸ਼ਾਮ 5 ਵਜੇ ਇੱਕ ਵੱਡਾ ਕਬੱਡੀ ਦਾ ਸੋ ਮੈਚ ਹੋਵੇਗਾ ਅਤੇ ਟੀਮਾਂ ਦੀ ਗੱਲ ਕਰੀਏ ਤਾਂ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੌਰਮ ਅਦਸੀਦ ਭਾਈ ਲਖਬੀਰ ਸਿੰਘ ਕਬੱਡੀ ਕਲੱਬ ਕਰਿਆਲਾ ਦੀਆਂ ਟੀਮਾਂ ਆਪਸ ਵਿੱਚ ਖੇਡਣਗੀਆਂ ਅਤੇ ਹੁਣ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਦੋਸਤੋ ਚੂਸਲਵਾੜ ਦਾ ਕਬੱਡੀ ਦਾ ਜਿਹੜਾ ਸੋ ਮੈਚ ਹੈ ਉਹ ਚੱਲੇਗਾ ਮਜਲਟੀਵੀ ਤੇ ਸਰਾਂ ਤਲਵੰਡੀ ਤਰਨਤਨ ਸਾਹਿਬ ਦਾ ਸੋ ਮੈਚ ਹੈ ਜੋ ਉਹ ਚੱਲੇਗਾ ਮਾਲਵਾ ਟੀਵੀ ਤੇ ਅਤੇ ਜੋ ਦਿয়ালਪੁਰਾ ਤਰਨਤਨ ਸਾਹਿਬ ਦਾ ਕਬੱਡੀ ਦਾ ਸੋ ਮੈਚ ਹੈ ਉਹ ਵੀ ਚੱਲੇਗਾ ਮਜਲਟੀਵੀ ਤੇ ਹੀ ਇਹ ਸੀ ਦੋਸਤੋ ਜੋ ਅੱਜ ਵੱਖ-ਵੱਖ ਜਗ੍ਹਾ ਤੇ ਕਬੱਡੀ ਦੇ 100 ਮੈਚ ਹੋ ਰਹੇ ਹਾਂ ਅਤੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ